ਇੱਥੇ ਜੀ ਸਾਰੀ ਦੁਨੀਆ ਦਾ ਹੀ ਭਲਾ ਹੋ ਜਾਣਾ 84 ਲੱਖ ਜੂਨਾਂ ਦਾ ਇੱਥੇ ਭਲਾ ਹੋ ਮੈਂ ਕਿਹਾ ਭਲਾ ਜਦੋਂ ਹੋਊ ਫਿਰ ਉਹ ਸਾਰੇ ਜਿਹੜੇ 84 ਲੱਖ ਜੂਨ ਦਾ ਭਲਾ ਕਰ ਦੇਣਗੇ ਬਾਬਾ ਜੀ ਇੱਕ ਦਿਨ ਫਿਰ ਕੀ ਹੋਊ ਫਿਰ ਸਾਰੇ ਇਹਦਾ ਮਤਲਬ ਮਰ ਜਾਣਗੇ ਤੇ ਸਾਰੇ ਕਿਤੇ ਅੱਗੇ ਚਲੇ ਜਾਣਗੇ ਫਿਰ ਸਾਰੇ ਦਰਖਤ ਵੀ ਮਰ ਜਾਣਗੇ ਕੁੱਤੇ ਵੀ ਮਰ ਜਾਣਗੇ ਗਧੇ ਵੀ ਮਰ ਜਾਣਗੇ ਖਤਮ ਨਹੀਂ ਹੋ ਜੂ ਸਾਰਾ ਕੁਝ ਹਰੇਕ ਚੀਜ਼ ਦੀ ਇੱਥੇ ਲੋੜ ਹੈ ਹਰੇਕ ਦਰਖਤ ਦੀ ਇੱਥੇ ਲੋੜ ਹੈ ਭਾਈ ਆ ਜਿਹੜੇ ਕੀੜੇ ਮਕੌੜੇ ਜੇ ਨਾ ਨਾ ਹੋਏ ਤੇ ਤੁਹਾਡੀਆਂ ਸਬਜ਼ੀਆਂ ਕਦੇ ਨਹੀਂ ਲੱਗਣੀਆਂ ਆ ਕਦੇ ਨਹੀਂ ਫਲ ਲੱਗ ਸਕਦਾ ਇਹ ਫਲ ਲੱਗਦੇ ਹੀ ਤਾਂ ਨੇ ਤਿਤਲੀਆਂ ਫਿਰਦੀਆਂ ਨਿੱਕੇ ਨਿੱਕੇ ਕੀੜੇ ਫਿਰਦੇ ਆ ਉਹ ਕੀੜੇ ਇਹਨਾਂ ਦਰਖਤਾਂ ਦੇ ਵਿੱਚ ਨਰ ਤੇ ਮਾਦਾ ਦੇ ਵਿੱਚ ਸੰਬੰਧ ਬਣਦਾ ਹੈ ਉਹਨਾਂ ਦਾ ਨਰ ਤੇ ਮਾਦਾ ਦਾ ਸੰਬੰਧ ਹੈ ਜਿਹੜਾ ਉਹ ਕੀੜਿਆਂ ਦੇ ਥਰੂ ਬਣਦਾ ਹੈ ਜ਼ਰੀਏ ਬਣਦਾ ਹੈ ਤਾਂ ਅੱਗੇ ਉਹਨਾਂ ਦੇ ਬੱਚੇ ਪੈਦਾ ਹੁੰਦੇ ਤਾਂ ਫਲ ਲੱਗਦਾ ਹੈ ਇਹਨਾਂ ਵਿੱਚ ਇੱਕ ਔਰਤ ਇੱਕ ਮਰਦ ਇੱਕ ਨਰ ਮਾਦਾ ਦੋਵੇਂ ਹੀ ਹੁੰਦੇ ਆ ਦਰਖਤਾਂ 'ਚ ਵੀ ਇੱਦਾਂ ਹੀ ਹੁੰਦਾ ਨਾ ਸਾਡੇ ਬਾਗ ਲਾਇਆ ਫਲ ਨਹੀਂ ਲੱਗਾ ਮੈਨੂੰ ਉੱਥੋਂ ਦੇ ਬੰਦੇ ਅਸੀਂ ਸੱਦੇ ਅਸੀਂ ਆਖਿਆ ਜੀ ਇਹ ਕੀ ਗੱਲ ਹੈ ਉਹ ਕਹਿੰਦੇ ਫਰਕ ਬਹੁਤ ਹੈ ਜੀ ਦੋ ਨਰ ਨੇ ਜਾਂ ਦੋ ਮਾਦਾ ਨੇ ਦਰਖਤ ਗਲਤ ਲੱਗੇ ਆ ਤੁਹਾਡੇ ਇਹਨਾਂ ਨੂੰ ਅੱਗੇ ਪਿੱਛੇ ਸਾਰਾ ਚੇਂਜ ਕਰਨਾ ਪੈਣਾ ਉਹਨਾਂ ਨੇ ਪਟਾ ਕੇ ਦਰਖਤ ਸਾਰੇ ਉਹ ਉਹਨਾਂ ਨੂੰ ਅੱਗੇ ਪਿੱਛੇ ਕਰਾਇਆ ਇਕੱਠੇ ਕਰਾਇਆ ਫਿਰ ਫਲ ਲੱਗਿਆ ਅੱਜ ਜਿਹੜੇ ਨਿੱਕੀਆਂ ਨਿੱਕੀਆਂ ਤਿਤਲੀਆਂ ਜਿਹੀਆਂ ਫਿਰਦੀਆਂ ਨੇ ਕੀੜੇ ਜੇ ਫਿਰਦੇ ਨੇ ਇਹਨਾਂ ਤੋਂ ਜੇ ਇੱਕ ਨਾ ਹੋਏ ਤੇ ਕੁਛ ਨਹੀਂ ਹੋ ਸਕਦਾ ਕੋਈ ਫਲ ਨਹੀਂ ਫਿਰ ਇਹ ਮਾੜਾ ਕਿਵੇਂ ਹੋਇਆ ਹੈਗਾ ਤੇ ਸਾਰਾ ਸਾਡੇ ਲਈ ਹੋਈ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਸੂਰ ਵੀ ਪੈਦਾ ਕੀਤੇ ਆ ਗੰਦਗੀ ਕਿੰਨੇ ਖਾਣੀ ਗੰਦਗੀ ਦੇ ਕੀੜੇ ਨਾ ਹੋਏ ਤੇ ਕਿਵੇਂ ਕੰਮ ਚੱਲੇਗਾ ਹਰੇਕ ਚੀਜ਼ ਪਰਫੈਕਟ ਬਣਾ ਰਿਹਾ ਰੱਬ ਇਹ ਰੱਬ ਦੇ ਨਿੰਦਕ ਪੈਦਾ ਕਰਤਾ ਸਾਨੂੰ ਸਾਡੇ ਦਿਮਾਗ 'ਚ ਬਿਠਾਤੀ ਇਹ ਗੱਲ ਵੀ ਰੱਬ ਮਾੜਾ ਕਰਦਾ ਰੱਬ ਮਾੜਾ ਕਰਦਾ ਭਾਈ ਜੇ ਸਾਰਾ ਕੁਝ ਪਰਮਾਤਮਾ ਸਾਰਿਆਂ ਦੇ ਵਿੱਚ ਹੈ ਜੇ ਪਰਮਾਤਮਾ ਬਹੁਤ ਕਮਾਲ ਦਾ ਉਹਦੀ ਬਣਾਈ ਚੀਜ਼ ਮਾੜੀ ਨਹੀਂ ਹੋ ਸਕਦੀ ਉਹਦੀ ਬਣਾਇਆ ਹੋਇਆ ਇਹ ਸਿਸਟਮ ਵੀ ਬੜਾ ਕਮਾਲ ਦਾ ਹੈ ਜੇ ਪਰਮਾਤਮਾ ਕਮਾਲ ਦਾ ਹੈ ਤੇ ਸਿਸਟਮ ਵੀ ਕਮਾਲ ਦਾ ਨਾ ਉਹਦਾ ਅੰਤ ਆਉਂਦਾ ਨਾ ਰੱਬ ਦੇ ਬਣਾਏ ਹੋਏ ਇਸ ਸਿਸਟਮ ਦਾ ਅੰਤ ਆਉਂਦਾ ਇਹ ਤੇ ਬੜਾ ਕਮਾਲ ਦਾ ਸੀ ਸਾਡੇ ਦਿਮਾਗ 'ਚ ਭਰ ਦਿੱਤਾ 84 ਮਾੜੀ ਹੈ ਭਾਈ 84 'ਚ ਨਾ ਪੈ ਜੀ 84 ਤੋਂ ਬਚ ਜੀ 84 'ਚ ਨਾ ਪੈ ਜੀ ਇੱਕ ਗੱਲ ਸੁਣੋ ਹੋਰ ਕੁਝ ਉੱਥੇ ਹੋਵੇ ਨਾ ਹੋਵੇ ਮੰਨ ਲਓ ਵੀ ਆਪਾਂ ਮਰ ਕੇ ਮੰਨ ਲਓ ਚਲੋ ਮੰਨ ਲਓ ਇਹਨਾਂ ਦੀ ਮੰਨ ਲੈਂਦੇ ਹਾਂ ਆਪਾਂ ਮਰ ਕੇ ਕੁੱਤੇ ਗਧੇ ਬਣ ਜਾਈਏ ਮੰਨ ਲਓ ਹੋਰ ਕੁਝ ਹੋਵੇ ਨਾ ਹੋਵੇ ਪਰਮਾਤਮਾ ਤੇ ਹੋਵੇਗਾ ਹੀ ਉਹ ਤਾਂ ਧੜਕੇ ਗਈ ਵਿੱਚ ਉਹ ਤੇ ਹੋਏਗਾ ਹੀ ਜਦੋਂ ਸਾਡਾ ਕਨੈਕਸ਼ਨ ਅੱਜ ਉਹਦੇ ਨਾਲ ਜੁੜ ਗਿਆ ਉਹ ਫਿਰ ਜਿਹੜੀ ਮਰਜ਼ੀ ਸ਼ੇਪ ਬਣਾ ਲਏ ਉਹਦੀ ਮੌਜ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਬੜੇ ਬੰਦੇ ਨਾ ਕਈ ਵਾਰੀ ਮਿਲਦੇ ਆ ਇੱਥੇ ਵੀ ਵਿਦੇਸ਼ਾਂ 'ਚ ਵੀ ਮਿਲਦੇ ਇਦਾਂ ਦਾ ਕੁਐਸਚਨ ਕਰਨਗੇ ਮਰਨ ਤੋਂ ਬਾਅਦ ਦੱਸੋ ਵੀ ਕੀ ਹੋਊ ਬੰਦੇ ਨਾਲ ਆਹ ਕੁਐਸਚਨ ਕਰਦੇ ਵੀ ਮਰਨ ਤੋਂ ਬਾਅਦ ਦੱਸੋ ਕੀ ਹੋਊ ਵੀ ਬੰਦਾ ਮਰੇਗਾ ਮਰਨ ਤੋਂ ਬਾਅਦ ਕਿੱਧਰ ਨੂੰ ਜਾਂਦਾ ਹੈ ਕੀ ਬਣਦਾ ਹੈ ਕੀ ਹੁੰਦਾ ਹੈ ਪਿਆਰਿਓ ਇਹ ਤੇ ਜੇ ਲਹਿਰ ਨੂੰ ਪੁੱਛਿਆ ਜਾਵੇ ਵੀ ਲਹਿਰ ਨੂੰ ਪੁੱਛੋ ਜਿਹੜੀ ਸਮੁੰਦਰ ਦੇ ਵਿੱਚ ਲਹਿਰ ਉੱਠਦੀ ਹੈ ਵੀ ਲਹਿਰ ਨੂੰ ਪੁੱਛੋ ਵੀ ਤੂੰ ਮਰੇਗੀ ਕੀ ਹੋਏਗਾ ਉਹ ਕਹੇਗੀ ਜੇ ਕੁਝ ਨਾ ਹੋਏਗਾ ਜੇ ਮੈਂ ਲਹਿਰ ਨਾ ਹੋਈ ਤੇ ਫਿਰ ਸਮੁੰਦਰ ਹੋਵਾਂਗੀ ਕੁਝ ਹੋਰ ਹੋਵੇ ਨਾ ਹੋਵੇ ਸਮੁੰਦਰ ਤੇ ਹੋਏਗਾ ਗੁਰੂ ਸਾਹਿਬ ਜਦੋਂ ਆ ਵਿੱਚ ਗੁਰਬਾਣੀ ਦੇ ਵਿੱਚ ਇਦਾਂ ਦੀਆਂ ਐਗਜ਼ੈਂਪਲਾਂ ਆਉਂਦੀਆਂ ਹੈ ਫਿਰ ਸਾਡਾ ਭਰਮ ਹੋਣਾ ਨਹੀਂ ਚਾਹੀਦਾ ਵੀ ਮਰਨ ਤੋਂ ਬਾਅਦ ਜੋ ਵੀ ਹੈ ਉਹੀ ਇੱਕੋ ਹੀ ਚੀਜ਼ ਹੈ ਜਿਹੜੀ ਸ਼ੇਪ ਬਣਾਈ ਜਾਂਦੀ ਹੈ ਇੱਕੋ ਹੀ ਐਨਰਜੀ ਇੱਕੋ ਹੀ ਐਟਮ ਇੱਕੋ ਹੀ ਸ਼ਕਤੀ ਇੱਕੋ ਹੀ ਨੂਰ ਉਹ ਰੂਪ ਬਦਲ ਰਿਹਾ ਬਸ ਜਿਹੜਾ ਆਹ ਸ਼ਬਦ ਆਪਾਂ ਗੁਰੂ ਸਾਹਿਬ ਦਾ ਬਹੁਤ ਵਾਰ ਪੜ੍ਹਦੇ ਹਾਂ ਕੌਣ ਮੂਆ ਰੇ ਕੌਣ ਮੂਆ ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ ਇਹ ਤੋ ਚਲਤ ਪਿਆ ਕਹਿੰਦੇ ਵਿਚਾਰਵਾਨ ਜਿਹੜੇ ਹੈ ਵਿਚਾਰਵਾਨ ਦਿਮਾਗ ਤੋਂ ਕੰਮ ਲੈਣ ਵਾਲੇ ਵਿਵੇਕੀ ਸੁਣੋ ਪਿਆਰਿਓ ਵਿਵੇਕੀ ਦੇ ਜਿਹੜੇ ਮੜ ਜਾ ਕਿਤੇ ਉਹਨਾਂ ਨੂੰ ਪੁੱਛ ਬਹਿ ਕੇ ਕਿਸੇ ਬ੍ਰਹਮ ਨੂੰ ਸਮਝਣ ਵਾਲੇ ਦੇ ਕੋਲ ਬਹਿ ਕੇ ਪੁੱਛ ਵਿਚਾਰ ਕਰ ਲੈ ਜੇ ਤੇਰੇ ਦਿਮਾਗ 'ਚ ਨਹੀਂ ਆਉਂਦੀ ਉਹਦੇ ਨਾਲ ਪੁੱਛ ਲੈ ਉਹਨੂੰ ਕਹਿੰਦੇ ਆਪਣੇ ਆਪ ਨੂੰ ਸਮਝਾ ਕਿਉਂ ਟੈਨਸ਼ਨ ਵਿੱਚ ਪਿਆ ਮਰਦਾ ਕੁਛ ਵੀ ਨਹੀਂ ਇੱਥੇ ਤੈਨੂੰ ਭੁਲੇਖਾ ਪੈ ਗਿਆ ਮਰ ਗਿਆ ਹੁਣ ਬੰਦੇ ਦੀ ਲਾਸ਼ ਪਈ ਹੋਵੇ ਅਗਲਾ ਕਵੇ ਵੀ ਰੋਣਾ ਹੈ ਕਿਉਂ ਰੋਣਾ ਬਈ ਅਗਲਾ ਕਹਿੰਦਾ ਬੰਦਾ ਮਰ ਗਿਆ ਤੂੰ ਕਿਹਨੂੰ ਰੋਣਾ ਹੈ ਸਰੀਰ ਤੇ ਤੁਹਾਡੇ ਕੋਲ ਪਿਆ ਵਿਚਾਲੇ ਰੱਖੀ ਬੈਠੇ ਸਰੀਰ ਨੂੰ ਰੋਣਾ ਹੈ ਉਹ ਕਹਿੰਦਾ ਨਹੀਂ 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 ਮੈਂ ਸਰੀਰ ਨੂੰ ਨਹੀਂ ਰੋਂਦਾ ਮੈਂ ਤੇ ਉਹਨੂੰ ਰੋਣਾ ਜਿਹੜਾ ਇਹਦੇ ਵਿੱਚ ਹੈ ਵਿੱਚੋਂ ਚਲਿਆ ਗਿਆ ਕਹਿੰਦੇ ਜਿਹੜਾ ਵਿੱਚੋਂ ਗਿਆ ਉਹ ਮਰਦਾ ਨਹੀਂ ਸਰੀਰ ਤੇਰੇ ਕੋਲ ਹੈ
ਜਿਹੜਾ ਵਿੱਚੋਂ ਨਿਕਲਿਆ ਉਹ ਮਰਦਾ ਹੀ ਨਹੀਂ ਫਿਰ ਤੂੰ ਕਿਉਂ ਰੋਣਾ ਰੋਵਣ ਹਾਰੇ ਕੀ ਕਬਨ ਟੇਕ ਤੂੰ ਰੋਣਾ ਕਿਉਂ ਹੈ ਸਾਡੀ ਪ੍ਰੋਬਲਮ ਇਹ ਹੈ ਵੀ ਅਸੀਂ ਗੱਲ ਪਹਿਲੀ ਦੀ ਵੀ ਨਹੀਂ ਸਮਝੀ ਇਹ ਗੱਲ ਐਵੇਂ ਦੀ ਹੈ ਇਹ ਪੀਐਚਡੀ ਦੀ ਪੜ੍ਹਾਈ ਹੈ ਆਹ ਸ਼ਬਦ ਹੈ ਜਿਹੜਾ ਪੀਐਚਡੀ ਵਾਲੇ ਦਾ ਮਨ ਕਰਕੇ ਜਿਹੜਾ ਇੱਥੇ ਪਹੁੰਚੇ ਸੁਰਤ ਕਰਕੇ ਪਾਈ ਆਹ ਸ਼ਬਦ ਸੁਰਤ ਦਾ ਕਰਕੇ ਜਿਹੜਾ ਬਿਲਕੁਲ ਸ਼ਿਖਰ ਦਾ ਜਿਹੜਾ ਉਸ ਐਟਮਸ ਨੂੰ ਫੀਲ ਕਰੇ ਉਸ ਨੂਰ ਨੂੰ ਫੀਲ ਕਰੇ ਉਸ ਸ਼ਕਤੀ ਨੂੰ ਫੀਲ ਕਰੇ ਜਦੋਂ ਉਹ ਸੁਰਤ ਕਰਕੇ ਉਹਨੂੰ ਫੀਲ ਕਰੇਗਾ ਫਿਰ ਉਹ ਸਮਝਦਾ ਹੈ ਵੀ ਉਹ ਅੱਜ ਮੇਰੇ ਚ ਵੀ ਹੈ ਬਾਹਰ ਵੀ ਹੈ ਤੇ ਮੈਂ ਮਰਾਂਗਾ ਸਰੀਰ ਮਰੇਗਾ ਪੰਜੇ ਤੱਤਾਂ ਚ ਫਿਰ ਮਿਲ ਜਾਣਗੇ ਰੂਪ ਬਦਲੇਗਾ ਬੀਜ ਬੀਜਿਆ ਟਾਲੀ ਦਾ ਹੁਣ ਬੀਜ ਹੈ ਜਿਹੜਾ ਉਹ ਛੋਟਾ ਜਿਹਾ ਬੀਜ ਹੈ ਟਾਲੀ ਦਾ ਬੀਜ ਧਿਆਨ ਨਾਲ ਸੁਣੋ ਟਾਲੀ ਦਾ ਬੀਜ ਹੈ ਉਹਨੂੰ ਬੀਜਿਆ ਸੂਏ ਵਾਂਗੂ ਬਾਹਰ ਆਇਆ ਪਹਿਲਾਂ ਉਹਦਾ ਨਾਮ ਕੀ ਹੈ ਬੀਜ ਤੇ ਸੂਏ ਵਾਂਗੂ ਜਦੋਂ ਬਾਹਰ ਆਇਆ ਅੰਕੁਰ ਫੁੱਟਿਆ ਜਦੋਂ ਬਾਹਰ ਤੋਂ ਆਇਆ ਤੇ ਉਹਦਾ ਨਾਮ ਪੈ ਗਿਆ ਵੀ ਅੰਕੁਰ ਜਦੋਂ ਉਹਨੇ ਥੋੜੀ ਜਿਹੀ ਸ਼ੇਪ ਬਣਾਈ ਤੇ ਟਾਲੀ ਦਾ ਬੂਟਾ ਪੌਦਾ ਕਹਿ ਲਓ ਜਦੋਂ ਵੱਡਾ ਹੋਇਆ ਤੇ ਟਾਲੀ ਦਰਖਤ ਬਣ ਗਿਆ ਦਰਖਤ ਬਣ ਗਿਆ ਸ਼ੇਪ ਬਦਲ ਗਈ ਉਦੋਂ ਬਾਅਦ ਉਹਨੂੰ ਕਿਸੇ ਨੇ ਵੱਢਿਆ ਜਦੋਂ ਵੱਢ ਦਿੱਤਾ ਤੇ ਉਹਦੇ ਫੱਟੇ ਚੀਰ ਲੈ ਗਏ ਸ਼ਤੀਰ ਬਣ ਗਏ ਸ਼ੇਪ ਬਦਲ ਗਈ ਨਾਮ ਬਦਲ ਗਿਆ ਸ਼ਤੀਰ ਬਣ ਗਏ ਤੁਸੀਂ ਵੇਖਿਓ ਸ਼ੇਪ ਬਦਲੀ ਜਾਂਦੀ ਹੈ ਨਾਮ ਬਦਲੀ ਜਾਂਦਾ ਪਹਿਲਾਂ ਬੀਜ ਸੀ ਫਿਰ ਅੰਕੁਰ ਸੀ ਫਿਰ ਬੂਟਾ ਸੀ ਪੌਦਾ ਫਿਰ ਦਰਖਤ ਫਿਰ ਵੱਢ ਕੇ ਸ਼ਤੀਰ ਜੇ ਬਣਾਤੇ ਹੁਣ ਸ਼ੇਪ ਵੀ ਬਦਲ ਗਈ ਤੇ ਨਾਮ ਵੀ ਬਦਲ ਗਿਆ ਉਦੋਂ ਬਾਅਦ ਫੱਟੇ ਬਣਾਤੇ ਸ਼ੇਪ ਵੀ ਬਦਲ ਗਈ ਨਾਮ ਵੀ ਬਦਲ ਗਿਆ ਉਦੋਂ ਬਾਅਦ ਅੱਗ ਲਾਤੀ ਅੱਗ ਲਾ ਕੇ ਕੋਲੇ ਬਣ ਗਏ ਹੁਣ ਸ਼ੇਪ ਵੀ ਬਦਲ ਗਈ ਤੇ ਨਾਮ ਵੀ ਬਦਲ ਗਿਆ ਸ਼ੇਪ ਬਦਲੀ ਨਾਮ ਬਦਲਿਆ ਅੱਛਾ ਕੋਲਿਆਂ ਨੂੰ ਪੀਤਾ ਹੁਣ ਕੀ ਬਣ ਗਈ ਸਵਾਹ ਸ਼ੇਪ ਵੀ ਬਦਲ ਗਈ ਤੇ ਨਾਮ ਵੀ ਬਦਲ ਗਿਆ ਸਵਾਹ ਤੇ ਉਹ ਇੱਕ ਜਰਰਾ ਸੀ ਨਾ ਜਿਹੜਾ ਜਰਰਾ ਐਂ ਉੱਡ ਗਿਆ ਹਵਾ 'ਚ ਉੱਡ ਗਿਆ ਸ਼ੇਪ ਜਿਹੜਾ ਉਹ ਸਵਾਹ ਸੀ ਹਵਾ ਹੀ ਹਨੇਰੀ ਆਈ ਉਹ ਉੱਡ ਗਿਆ ਸ਼ੇਪ ਬਦਲੀ ਨਾਮ ਬਦਲਿਆ ਹਸਤੀ ਮਿਟੀ ਉੱਥੇ ਵੀ ਹਸਤੀ ਸੀ ਉਹਦੀ ਜਦੋਂ ਬੀਜ ਸੀ ਤੇ ਅੱਜ ਜਰਰਾ ਬਣ ਕੇ ਉੱਡ ਗਿਆ ਅੱਜ ਵੀ ਉਹਦੀ ਹਸਤੀ ਮਿਟੀ ਨਹੀਂ ਬਿਲਕੁਲ ਇਸੇ ਤਰ੍ਹਾਂ ਤੇਰੇ ਨਾਲ ਹੋਣਾ ਹੈ ਆਹ ਨਿਕਾ ਜਿਹਾ ਮਾਂ ਦੇ ਢਿੱਡ 'ਚ ਹੈ ਭਰੂਣ ਹੀ ਹੈ ਸ਼ੇਪ ਬਣੀ ਬਾਹਰ ਆਇਆ ਕਾਕਾ ਨਿਕਾ ਜਿਹਾ ਫਿਰ ਥੋੜ੍ਹਾ ਜਿਹਾ ਵੱਡਾ ਹੋਇਆ ਖੇਡਦਾ ਸ਼ੇਪ ਬਦਲਦੀ ਹੈ ਫਿਰ ਨਾਮ ਬਦਲੀ ਜਾਂਦਾ ਹੁਣ ਜਵਾਨ ਹੈ ਨੌਜਵਾਨ ਹੈ ਹੁਣ ਬੁੱਢਾ ਹੈ ਹੁਣ ਮਰ ਗਿਆ ਹੁਣ ਸੜ ਗਿਆ ਹੁਣ ਰਾਖ ਬਣ ਗਈ ਉਹ ਉੱਡ ਗਈ ਪੰਜੇ ਤੱਤਾਂ 'ਚ ਮਿਲ ਗਏ ਸ਼ੇਪ ਬਦਲਦੀ ਰਹੀ ਹਸਤੀ ਨਹੀਂ ਮਿਟਦੀ ਹਸਤੀ ਛੱਡੋ ਸਾਡੀ ਤੁਸੀਂ ਇੱਕ ਟਾਲੀ ਦੀ ਹਸਤੀ ਮਿਟਾ ਕੇ ਵਿਖਾਓ ਮਿਟਦੀ ਤੁਸੀਂ ਉਸ ਦਰਖਤ ਦੀ ਹਸਤੀ ਤੇ ਨਹੀਂ ਨਾ ਮਿਟਾ ਸਕਦੇ ਉਹ ਉੱਡ ਗਿਆ ਹੁਣ ਉਹ ਜਦੋਂ ਸਵਾਹ ਬਣੀ ਆਈ ਹਵਾ ਉੱਡ ਗਿਆ ਹਸਤੀ ਤੇ ਮਿਟੀ ਹੋਈ ਨਾ ਕਿੱਥੋਂ ਮਿਟੇਗੀ ਹਸਤੀ ਉਹ ਇੱਕ ਜਿਹੜੀ ਐਨਰਜੀ ਹੈ ਨਾ ਕਿਸੇ ਬੰਦੇ ਨੂੰ ਆਪਾਂ ਗੱਲ ਕੀਤੀ ਸੀ ਮੇਰਾ ਖਿਆਲ ਇੱਕ ਵਾਰ ਮੈਂ ਵੀ ਇੱਕ ਦਰਖਤ ਨੂੰ ਲੱਗਿਆ ਵੱਢਣ ਕਹਿੰਦਾ ਵੀ ਗੁਲਾਬ ਬੜਾ ਸੋਹਣਾ ਲੱਗਾ ਵੀ ਫੁੱਲ ਬੜਾ ਵਧੀਆ ਮੈਨੂੰ ਬੜਾ ਚੰਗਾ ਲੱਗਾ ਫੁੱਲ ਤੇ ਉਹ ਜਦੋਂ ਉਹਨੂੰ ਵੱਢਣ ਲੱਗਿਆ ਫੁੱਲ ਨੂੰ ਤੋੜਨ ਲੱਗਿਆ ਉਹ ਕਹਿੰਦੇ ਰੁਕ ਜਾ ਮੈਨੂੰ ਤੇ ਸਾਰਾ ਕੁਝ ਜਿਹੜਾ ਆ ਫੁੱਲ ਕਹਿੰਦਾ ਮੈਨੂੰ ਤੇ ਸਾਰਾ ਕੁਝ ਡਾਣੀ ਚੋਂ ਮਿਲਦਾ ਹੈ ਟਾਣੀ ਹੈ ਜਿਹੜੀ ਉਹ ਕਹਿੰਦਾ ਟਾਣੀ ਕੱਟ ਲੈਂਦੇ ਆ ਉਹ ਟਾਣੀ ਕੱਟਣ ਲੱਗਿਆ ਟਾਣੀ ਕਹਿੰਦੀ ਖੜ ਜਾ ਮੈਨੂੰ ਸਾਰਾ ਕੁਝ ਤਣੇ ਚੋਂ ਮਿਲਦਾ ਹੈ ਜਦੋਂ ਤਣੇ ਨੂੰ ਕੱਟਣ ਲੱਗਿਆ ਤਣਾ ਕਹਿੰਦਾ ਖੜ ਜਾ ਮੈਨੂੰ ਸਾਰਾ ਕੁਝ ਜੜਾਂ ਚੋਂ ਮਿਲਦਾ ਹੈ ਇਹ ਇਹ ਤਾਕਤ ਸਾਰੀ ਜਿਹੜੀ ਹੈ ਨਾ ਫੁੱਲ ਦੀ ਹੈ ਉਹ ਜੜਾਂ ਚੋਂ ਆਈ ਹੈ ਉਹ ਕਹਿੰਦਾ ਜੜੋਂ ਹੀ ਪੱਟ ਲੈਂਦੇ ਆ ਜਦੋਂ ਜੜਾਂ ਨੂੰ ਲੱਗਿਆ ਪੱਟਣ ਕਹਿੰਦੀ ਖੜ ਜਾ ਮੈਨੂੰ ਸਾਰਾ ਕੁਝ ਮਿੱਟੀ ਚੋਂ ਮਿਲਦਾ ਜਦੋਂ ਮਿੱਟੀ ਨੂੰ ਪੁੱਛਿਆ ਉਹ ਕਹਿੰਦੀ ਮੈਨੂੰ ਇਹ ਸਾਰਾ ਕੁਝ ਜਿਹੜਾ ਹੈ ਇਹ ਪਾਣੀ ਤੋਂ ਮਿਲਦਾ ਪਾਣੀ ਕਿੱਥੋਂ ਆਉਂਦਾ ਕਹਿੰਦੇ ਬੱਦਲਾਂ ਨੂੰ ਪੁੱਛਣ ਲੱਗਿਆ ਬੱਦਲ ਕਹਿੰਦੇ ਸਾਨੂੰ ਸਾਰਾ ਕੁਝ ਸੂਰਜ ਤੋਂ ਮਿਲਦਾ ਕਿਉਂਕਿ ਸੂਰਜ ਚੜ੍ਹਦਾ ਉਹਦੀ ਰੋਸ਼ਨੀ ਨਾਲ ਬੱਦਲ ਬਣਦੇ ਆ ਸਾਨੂੰ ਸੂਰਜ ਤੋਂ ਮਿਲਦਾ ਹੈ ਉਹ ਜਦੋਂ ਸੂਰਜ ਨਾਲ ਗੱਲ ਕੀਤੀ
ਉਹ ਕਹਿੰਦਾ ਮੈਂ ਵੀ ਕਿਸੇ ਅਰੂਪ ਦੇ ਹੁਕਮ ਵਿੱਚ ਹੀ ਰੂਪ ਦੇ ਰਿਹਾ ਮੇਰਾ ਰੂਪ ਵੀ ਕਿਸੇ ਅਰੂਪ ਕਰਕੇ ਹੈ ਮੇਰੇ ਪਿੱਛੇ ਵੀ ਕਿਉਂ ਹੈ ਜਿਹੜਾ ਸਾਨੂੰ ਸਾਡੇ ਮੇਰੇ ਵਰਗੇ ਕਰੋੜਾਂ ਹੀ ਸੂਰਜ ਕਮਾਈ ਫਿਰਦਾ ਜਾਂਦਾ ਉੱਥੇ ਫਿਰ ਇਹ ਸ਼ਬਦ ਯਾਦ ਆਏ ਯਾਰ ਕਿਹਨੂੰ ਫੜੋਗੇ ਤੁਸੀਂ ਇਹਦੇ ਪਿੱਛੇ ਕੌਣ ਹੈ ਉਹਦੇ ਪਿੱਛੇ ਕੌਣ ਹੈ ਉਹਦੇ ਪਿੱਛੇ ਕੌਣ ਹੈ ਫਿਰ ਪ੍ਰਭਾਵਿਤ ਫੁੱਲ ਤੋਂ ਕਿਉਂ ਹੋਇਆ ਟਾਣੀ ਤੋਂ ਕਿਉਂ ਹੋਇਆ ਅੱਜ ਕਿਸੇ ਬੰਦੇ 'ਚ ਤੁਹਾਨੂੰ ਗੁਣ ਦਿਸਦੇ ਆ ਸਾਡੇ ਵਰਗਾ ਕੀਰਤਨ ਕਰਦਾ ਹੈ ਆਵਾਜ਼ ਵਧੀਆ ਹੋਵੇ ਕਿ ਮੇਰੇ ਪਿੱਛੇ ਸਿੰਘ ਬੋਲਦਾ ਮਾਈਕ ਵਿੱਚ ਕਿੰਨੀ ਸੋਹਣੀ ਲੱਗਦੀ ਹੈ ਆਵਾਜ਼ ਪਰ ਤੂੰ ਗਲੇ 'ਚ ਕਿਉਂ ਫੜ ਕੇ ਬਹਿ ਗਿਆ ਬੰਦੇ ਨੂੰ ਕਿਉਂ ਵੇਖੀ ਜਾਂਦਾ ਪਿੱਛੇ ਵੇਖ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮੈਨੂੰ ਨਾ ਵੇਖ ਕਲਗੀਆਂ ਵਾਲੇ ਕਹਿੰਦੇ ਮੈਨੂੰ ਨਾ ਵੇਖੀ ਸਾਡੇ ਤੇ ਜਿਹੜਾ ਰੂਪ ਹੈ ਉਹ ਕਿਸੇ ਅਰੂਪ ਤੋਂ ਮਿਲਿਆ ਬੈਕ ਤੇ ਹੈ ਕੋਈ ਜਿਹੜਾ ਤੈਨੂੰ ਰੂਪ ਦੇ ਰਿਹਾ ਤੇਰੇ ਬੱਚੇ ਨੂੰ ਰੂਪ ਦੇ ਰਿਹਾ ਸਾਰਿਆਂ ਨੂੰ ਉਹਦੇ ਤੋਂ ਰੂਪ ਮਿਲ ਰਿਹਾ ਹੈ ਫਿਰ ਉਹਦੇ ਨਾਲ ਕਨੈਕਸ਼ਨ ਕਿਉਂ ਨਹੀਂ ਬਣਾਉਂਦੇ ਜਦੋਂ ਉਸ ਨੇ ਵੇਖਿਆ ਨਾ ਵੀ ਹੱਦ ਹੋ ਗਈ ਆ ਟਾਣੀ ਕਹਿੰਦੀ ਹੈ ਸਾਰਾ ਕੁਝ ਤਣੇ ਤੋਂ ਤਣਾ ਕਹਿੰਦਾ ਜੜ ਚੋਂ ਜੜ ਕਹਿੰਦੀ ਮਿੱਟੀ ਚੋਂ ਮਿੱਟੀ ਕਹਿੰਦਾ ਪਾਣੀ ਚੋਂ ਪਾਣੀ ਕਹਿੰਦੇ ਬੱਦਲਾਂ ਚੋਂ ਬੱਦਲ ਕਹਿੰਦੇ ਸੂਰਜ ਤੋਂ ਇਹ ਤੇ ਨਿਬੜਦੀ ਨਹੀਂ ਕਿਤੇ ਗੱਲ ਇਹ ਤੇ ਅੱਗੇ ਤੋਂ ਅੱਗੇ ਚਾਈ ਜਾਂਦੇ ਆ ਉੱਥੇ ਫਿਰ ਆਇਆ ਅਤ ਸੁੰਦਰ ਮਨਮੋਹਨ ਪਿਆਰੇ ਸਭੂ ਮਧ ਨਿਰਾਰੇ ਮੇਰੇ ਰੱਬਾ ਕਿੰਨਾ ਸੋਹਣਾ ਹੈ ਤੂੰ ਮੇਰੇ ਮਾਲਕ ਜੀ ਤੂੰ ਕਿੰਨਾ ਸੋਹਣਾ ਹੈ ਸਾਰਿਆਂ ਦੇ ਵਿੱਚ ਹੈ ਸਭੂ ਮਧ ਤੇ ਸਾਰਿਆਂ ਤੋਂ ਬਾਹਰ ਹੈ ਨਿਰਾਰੇ ਨਾਲੇ ਵਿੱਚ ਹੈ ਨਾਲੇ ਬਾਹਰ ਵਿੱਚ ਵੀ ਤੂੰ ਹੀ ਹੈ ਤੇ ਹੈ ਵੀ ਬਾਹਰ ਪਤਾ ਹੀ ਨਹੀਂ ਲੱਗਦਾ ਤੇਰਾ ਨਿਰਗੁਣ ਆਪ ਸਰਗੁਣ ਭੀ ਉਹੀ ਕਲਾ ਧਾਰ ਜਿਨ ਸਗਲੀ ਉਹੀ ਇਸ ਕਰਕੇ ਇਹ ਬੜੀ ਕਮਾਲ ਦੀ ਖੇਡ ਹੈ ਪਰ ਇਹ ਐਮਏ ਦੀ ਖੇਡ ਹੈ ਭਾਵ ਕਿ ਪੀਐਚਡੀ ਵਾਲਾ ਬੰਦਾ ਇਸ ਨੁਕਤੇ ਨੂੰ ਸੁਰਤ ਕਰਕੇ ਸਮਝੇ ਹਰ ਵੇਲੇ ਹਰ ਜਗ੍ਹਾ ਹਰ ਥਾਂ ਫਿਰ ਕਹੇਗਾ ਵੀ ਬਾਦੋ ਯਾਰ ਤਵੀ ਤੇ ਕੀ ਖਤਮ ਕਰ ਲਓਗੇ ਆਖੋ ਇਹ ਫਿਰ ਗੱਲ ਪਕੜ ਜਾਓਗੇ ਜਦੋਂ ਇੰਨੀ ਡੂੰਘੀ ਗੱਲ ਬੰਦਾ ਸਮਝ ਗਿਆ ਹੁਣ ਆਹ ਵੇਖੋ ਹੁਣ ਜਿੰਨੀ ਆਪਾਂ ਗੱਲ ਕੀਤੀ ਹੈ ਨਾ ਮੈਂ 15 ਮਿੰਟ ਆਪਾਂ ਸਾਰਿਆਂ ਨੇ ਸੁਣੀ ਹੈ ਮੇਰਾ ਨਹੀਂ ਮਨ ਕਹਿੰਦਾ ਵੀ ਕਿਸੇ ਬੰਦੇ ਦੇ ਸਮਝ ਨਾ ਆਈ ਹੋਈ ਹਰ ਬੰਦੇ ਦੇ ਗੱਲ ਪਕੜ ਜਾ ਗਈ ਵੀ ਆਹ ਗੱਲ ਹੈ ਠੀਕ ਹੈ ਪਰ ਇਹ ਗੱਲ ਸਾਡੀ ਸੁਰਤ ਵਿੱਚ ਸਦਾ ਲਈ ਵਸ ਜੇ ਮੰਨ ਲਓ ਜੇ ਵਸ ਗਈ ਫਿਰ ਹਸਤੀ ਤੇ ਇੱਕ ਬੀਜ ਦੀ ਨਹੀਂ ਮਿਟੀ ਉਹੀ ਬੀਜ ਫਿਰ ਬੀਜ ਬਣ ਜਾਣਾ ਉਹ ਜਦੋਂ ਟਾਲੀ ਸੀ ਨਾ ਪਤਾ ਹੀ ਨਹੀਂ ਪਿਆ ਰਿਹਾ ਉਹਦੇ ਤੇ ਕਿੰਨੇ ਕੁ ਬੀਜ ਹੋਰ ਡਿੱਗ ਪਏ ਹੋਣਗੇ ਇੱਕ ਜਦੋਂ ਟਾਲੀ ਬਣੀ ਹੋਈ ਸੀ ਕਿੰਨੇ ਕੁ ਬੀਜ ਅੱਗੇ ਚੱਲ ਪਏ ਹੋਣਗੇ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਜੇ ਸਾਡੇ ਦਿਮਾਗ 'ਚ ਇਹ ਗੱਲ ਸਦਾ ਵਾਸਤੇ ਬਹਿ ਗਈ ਤੇ ਫਿਰ ਸਾਨੂੰ ਮਾਰ ਕੌਣ ਲਏਗਾ ਤੇ ਗੁਰੂ ਸਾਹਿਬ ਆਹ ਪੜ੍ਹਾਈ ਕਰਾਉਂਦੇ ਆ ਗੁਰਬਾਣੀ ਵਿੱਚ ਜਦੋਂ ਕਹਿੰਦੇ ਨਾ ਵੀ ਵਿਚਾਰਵਾਨ ਨਾਲ ਬਹਿ ਕੇ ਪੁੱਛ ਕੇ ਤੇ ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ ਆਹ ਬ੍ਰਹਮ ਗਿਆਨੀ ਨੇ ਸਾਡੇ ਇਹਨਾਂ ਨਾਲ ਬਹਿ ਕੇ ਵਿਚਾਰ ਕਰੋ ਗੁਰਬਾਣੀ ਤੋਂ ਸੇਧ ਲੈ ਕੇ ਵੇਖੋ ਆਹ ਨੁਕਤਾ ਦੁਹਰਾਉਣਾ ਚਾਹੀਦਾ ਮੈਂ ਕਹਿੰਦਾ ਪਿਆਰਿਓ ਫੇਰਿਆ ਕਰੋ ਇਹੋ ਜਿਹੇ ਸ਼ਬਦ ਗੁਰਬਾਣੀ ਇਹੋ ਜਿਹੇ ਸ਼ਬਦ ਜਿਹੜੇ ਹੈ ਇਹਨੂੰ ਸੁਰਤ ਵਿੱਚ ਫੇਰੋ ਮਾਲਾ ਫੇਰਨ ਦੀ ਗੱਲ ਨਹੀਂ ਇਹੋ ਜਿਹੇ ਬਚਨਾਂ ਨੂੰ ਬਾਰ ਬਾਰ ਫੇਰੀ ਚੱਲੋ ਵੀ ਹੈ ਕੀ ਹੈ ਔਰ ਇਹਨਾਂ ਬਚਨਾਂ ਤੇ 100% ਭਰੋਸਾ ਹੋਵੇ ਤੇ ਬੰਦਾ ਸੁਰਤ ਕਰਕੇ ਇੱਕ ਮਿਕ ਹੋਵੇ ਤੇ ਫਿਰ ਕਿੱਥੇ ਮਰਾਂਗੇ